अज इटली दे शहर ब्रेशिया दे कस्बा कोनशानो विच क्रिकेट टूर्नामेंट दा फाइनल मैच करवाया गया, जिस विच लिनाको दी टीम ने कोनशानो दी टीम नूं 4 विकटां नाल हरा के जीत हासिल कीती। इस मौके टूर्नामेंट दे प्रबंधक चरणप्रीत सिंह दे नाल संदीप सिंह वल्लों खिडारियां दा मान सम्मान कीता गया। इस मौके बुलारे मनिंदर सिंह ढिल्लों वल्लों पंजाबी मां बोली विच श्रोतियां नूं हाल सुनाया गया। सो पेश है साडे चैनल वल्लों इक खास रिपोर्ट। बहुत बहुत धन्यवाद जी, ते वेलकम करदे हां तुहाडा इस खेड मैदान दे उत्ते, इस टूरनामेंट के उत्ते। सो जिमें तुम वेख रहे हो कि टूरनामेंट पिछले 8 अगस्त तो शुरू होया था, जो 24 अक्टूबर नू दिन एतवार तक अज इहदा फाइनल मैच आ। सो बड़ा ही वधिया प्रबंध आ, प्रबंधकों वालों बड़े ही वधिया तरीके नाल टीमां तैयार करके ते नौजवानों नू नशियां तो दूर रखण वास्ते ये खेड मेला करवाया जा रहा है। सो सारे ही इत्थों दे लोकां दा, पंजाबियों दा बड़े माण वाली गल आ साडे लई, क्योंकि कम कर अपने शिफ्टां ला के भी उस तों टाइम कढ के खेडां करनियां, प्रैक्टिस करनी, फिर जाके खेड मैदान मेले करवाने। सो बड़ी ही वधिया बड़ी माण वाली गल आ साडे सारे पंजाबियों लई। सो मैं इन्हां प्रबंधकों का, चन्नप्रीत वीर हुणां दा, संदीप गिल हुणां दा, ते सारे ही जिन्ने भी नौजवान आए ने इत्थे, इन्हां सारयां दा बहुत धन्नवाद करदा ते माण महसूस करदा एक पंजाबी होण दे नाते कि विदेशां दे विच वी आण के असीं अपनी मात भाषा बोली नूं ते अपने कल्चर नूं जो अगे लै के जा रहे हां। सो साडे लई बड़ी माण वाली गल आ। ਇਹ ਸੀਗੇ ਜੀ ਮਨਿੰਦਰ ਪ੍ਰੋਫੈਸਰ, ਜਿਨ੍ਹਾਂ ਨੇ ਆਪਣੇ ਬਹੁਤ ਵਧੀਆ ਵਿਚਾਰ ਰੱਖੇ ਆਪਣੇ ਇਸ ਮੈਚ ਬਾਰੇ, ਇਸ ਜਿਹੜਾ ਅੱਜ ਦਾ ਦਿਨ ਉਲੀਕਿਆ ਗਿਆ ਹੈ ਨਾ, ਅਤੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ਨਾ। ਹਜੇ ਥੋੜ੍ਹਾ ਜਿਹਾ ਰਸ ਥੋੜ੍ਹਾ ਜਿਹਾ ਘੱਟ ਆ, ਅਤੇ ਥੋੜ੍ਹਾ ਜਿਹਾ ਆਉਣ ਵਾਲੇ ਟਾਈਮ 'ਚ ਬਹੁਤ ਵਧੀਆ ਮੈਚ ਚੱਲ ਰਿਹਾ ਇੱਥੇ ਹੈ ਨਾ। ਆਪਾਂ ਜਿਨ੍ਹਾਂ ਨੇ ਟੀਮ ਤਿਆਰ ਕੀਤੀ ਆ ਉਹਨਾਂ ਨਾਲ ਦੋ ਗੱਲਾਂ ਕਰਦੇ ਹਾਂ, ਉਹਨਾਂ ਦਾ ਉਹਦੇ ਵਿਚਾਰ ਸੁਣਦੇ ਹਾਂ, ਉਹ ਕੀ ਕਹਿਣਾ ਚਾਹੁੰਗੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਅ ਜੀ। ਤੁਸੀਂ ਕੀ ਕਹਿਣਾ ਚਾਹੋਗੇ, ਤੁਸੀਂ ਇੰਨਾ ਟਾਈਮ ਕੱਢਦੇ ਹੋ, ਇੰਨਾ ਕੰਮ ਕਰਨ ਦੇ ਬਾਵਜੂਦ ਵੀ ਤੁਸੀਂ ਇੰਨਾ ਬੱਚਿਆਂ ਵਾਸਤੇ ਟਾਈਮ ਕੱਢਦੇ ਹੋ, ਤੁਸੀਂ ਐਡੀ ਵੱਡੀ ਟੀਮ ਤਿਆਰ ਕੀਤੀ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਵੈਲਕਮ ਭਾਅ ਜੀ ਤੁਹਾਡਾ ਇੱਥੇ ਪਹੁੰਚਣ ਦਾ, ਅਤੇ ਬਹੁਤ ਬਹੁਤ ਧੰਨਵਾਦ। ਅਤੇ ਭਾਅ ਜੀ, ਇਹ ਮੇਰਾ ਇਕੱਲੇ ਦਾ ਨਹੀਂ ਹੈਗਾ, ਅਸੀਂ ਸਾਰੇ ਪਿੰਡ ਦੇ ਮੁੰਡੇ ਹਾਂ, ਕੋਈ ਇਨਸਾਨੋ ਪਿੰਡ ਹੈ ਸਾਡਾ, ਅਸੀਂ ਸਾਰੇ ਰਲ ਮਿਲ ਕੇ, ਅਸੀਂ ਆ ਗਰਾਊਂਡ ਵੀ ਆ ਇਹ, ਆਪਾਂ ਇੰਡੀਆ ਦੀ ਭਾਸ਼ਾ ਕਹਿ ਦਈਏ ਵੀ ਕਿਰਾਏ 'ਤੇ ਲਈ ਹੋਈ ਆ, ਅਤੇ ਅਸੀਂ ਇਹਦਾ ਪੇ ਕਰਦੇ ਹਾਂ ਸਾਲ ਦਾ 2000 ਰੁਪਿਆ। ਅਤੇ ਅਸੀਂ ਸਾਰੇ ਮੁੰਡੇ ਜਿੰਨੇ 20-25 ਮੁੰਡੇ ਆਪਾਂ ਪਿੰਡ ਦੇ ਜੁੜੇ ਹੋਏ ਹਾਂ ਸਾਰੇ ਥੋੜ੍ਹਾ ਥੋੜ੍ਹਾ ਕਰਕੇ, ਅਤੇ ਅਸੀਂ ਸਭ ਕੁਛ ਕਰਦੇ ਹਾਂ ਭਾਅ ਜੀ। ਤੁਸੀਂ ਆਪ ਆਪਣੇ ਜੇਬ ਤੋਂ ਕਰਦੇ ਜਾਂ ਤੁਹਾਨੂੰ ਅੱਗੇ ਤੋਂ ਮਦਦ ਮਿਲਦੀ ਆ ਇੱਥੇ ਦੀ ਗੌਰਮੈਂਟ ਜਾਂ ਇੱਥੇ ਦਾ ਕਮੇਟੀ ਕੁਛ ਤੁਹਾਨੂੰ ਮਦਦ ਦਿੰਦੀ ਹੈ ਜਾਂ ਤੁਸੀਂ ਸਾਰਾ ਆਪੇ ਕਰਦੇ ਹੋ? ਨਹੀਂ ਭਾਅ ਜੀ, ਅਸੀਂ ਸਾਰੇ ਜਿੱਦਾਂ ਜਿਹੜੇ ਵੀ ਪਿੰਡ ਦੇ ਮੁੰਡੇ ਹਾਂ ਸਾਰੇ ਰਲ ਮਿਲ ਕੇ ਖੁਦ ਹੀ ਕਰਦੇ ਹਾਂ, ਕਿਸੇ ਦੀ ਕੋਈ ਹੈਲਪ ਨਹੀਂ ਆ, ਅਤੇ ਸਭ ਕੁਛ ਅਸੀਂ ਰਲ ਮਿਲ ਕੇ ਆਪਸ 'ਚ ਸਾਰੇ ਕਰਦੇ ਹਾਂ। ਇਹ ਸੀਗੇ ਜੀ, ਇਹਨਾਂ ਨੇ ਦੱਸਿਆ ਕਿ ਅਸੀਂ 2000 ਐਰੋ 6 ਮਹੀਨੇ ਦਾ ਇਹਨਾਂ ਨੇ ਦਿੱਤਾ ਇਸ ਸਿਰਫ ਇੰਨਾ ਕੁ ਗਰਾਊਂਡ ਨੂੰ ਕਵਰ ਕਰਨ ਦਾ, ਸਿਰਫ ਮੈਚ ਖੇਲਣ ਦਾ 2000 ਐਰੋ, ਇੱਕ 6 ਮਹੀਨੇ ਦਾ ਕਿਰਾਇਆ ਦੇ ਰਹੇ ਹਾਂ ਸਿਰਫ, ਉਹ ਵੀ ਸਿਰਫ ਆਪਣੀ ਜੇਬ ਤੋਂ ਦੇ ਰਹੇ ਹੈ, ਨਾ ਕਿ ਕੋਈ ਇੱਥੇ ਇਹਨਾਂ ਦੀ ਮਦਦ ਕਰਦਾ। ਅਤੇ ਦੂਜੀ ਟੀਮ ਦੇ ਆਪਣੇ ਕੋਲ ਹੈਗੇ ਜੀ ਭਾਅ ਜੀ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਅਤੇ ਇਹ ਸੀਗੇ, ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਤੁਸੀਂ ਇੱਥੇ ਕਿੱਥੇ ਰਹਿੰਦੇ ਹੋ ਜੀ? ਅਸੀਂ ਵੀ ਵਿਚੇਂਸੇ ਰਹਿੰਦੇ ਹਾਂ। ਵਿਚੇਂਸੇ, ਤੁਸੀਂ ਉੱਥੇ ਕੀ ਕਰਦੇ ਹੋ, ਤੁਸੀਂ ਵੀ ਕੰਮ ਕਰਦੇ ਹੋ ਜਾਂ ਕੰਮ ਕਰਨ ਦੇ ਬਾਵਜੂਦ ਵੀ ਤੁਸੀਂ ਐਡੀ ਵੱਡੀ ਟੀਮ ਤਿਆਰ ਕੀਤੀ ਹੈ, ਅਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਤੁਸੀਂ ਕਿਵੇਂ ਟਾਈਮ ਕੱਢਦੇ ਹੋ? ਭਾਅ ਜੀ ਕੰਮ 'ਚੋਂ ਜੇ ਕੁਛ ਸਪੋਰਟਸਮੈਨ ਕਹਿੰਦੇ ਧਿਆਨ ਰੱਖਣਾ ਤਾਂ ਟਾਈਮ ਕੱਢਣਾ ਪੈਣਾ। ਇਹ ਸ਼ੁਰੂ ਤੋਂ ਮੈਂ ਵੀ ਸਪੋਰਟਸਮੈਨ ਰਿਹਾ, ਮੈਂ ਇੰਡੀਆ ਤੋਂ ਆਪਣੇ ਰੋਪੜ ਸਮਰਿੰਦਰ ਦਾ, ਮੈਂ ਹੈਂਡਬਾਲ ਖੇਲਦਾ ਰਿਹਾ ਉੱਥੇ ਵੀ, ਅਤੇ ਮੈਨੂੰ ਇੱਥੇ ਬੜਾ ਵਧੀਆ ਲੱਗਿਆ ਕਿ ਮੈਂ ਆਪਣੀ ਟੀਮ ਤਿਆਰ ਕਰੀਏ, ਅਤੇ ਬਹੁਤ ਵਧੀਆ ਟੀਮ ਕ੍ਰਿਕਟ ਦੀ ਮੈਂ ਤਿਆਰ ਕਰੀ ਆ। ਬਾਕੀ ਭਾਅ ਜੀ ਉਹਨੇ ਟੂਰਨਾਮੈਂਟ ਕਰਾਇਆ, ਬਹੁਤ ਸਤਿਕਾਰ ਦਿੱਤਾ, ਇਹਨਾਂ ਨੇ ਪਿਆਰ ਦਿੱਤਾ। ਬਾਕੀ ਮੇਰੀ ਟੀਮ ਬਹੁਤ ਵਧੀਆ ਹੈ, ਅਸੀਂ ਇਹਨਾਂ ਦੀ ਟੀਮ ਭਾਅ ਜੀ ਮੈਚ ਫਾਈਨਲ ਮੈਚ ਪਹੁੰਚੀਏ, ਦੋਹੇ ਟੀਮਾਂ ਬਹੁਤ ਵਧੀਆ ਆ, ਦੇਖਦੇ ਹੁਣ ਫਾਈਨਲ 'ਚ ਜਿੱਦਾਂ ਸਿੰਘ ਫਸੇ, ਹੁਣ ਦੇਖਦੇ ਕੀ ਹੁੰਦਾ ਦੋਵਾਂ ਦਾ। ਸਿੰਘ ਤਾਂ ਦੇਖੋ ਫਸਦੇ ਰਹਿੰਦੇ ਹਨ, ਸਿੰਘ ਤਾਂ ਜਦੋਂ ਦੋ ਪਲੇਅਰ ਖੇਲਦੇ ਹੁੰਦੇ ਇੱਕ ਨੇ ਜਿੱਤਣਾ ਹੁੰਦਾ ਇੱਕ ਨੇ ਹਾਰਨਾ ਹੁੰਦਾ, ਹੈ ਨਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਰੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਸਾਡੇ ਚੈਨਲ ਸਬਸਕ੍ਰਾਈਬ ਕਰੋ ਅਤੇ ਘੰਟੀ ਦਾ ਬਟਨ ਜ਼ਰੂਰ ਦਬਾਓ ਨਵੀਆਂ ਅਤੇ ਤਾਜ਼ਾ ਖਬਰਾਂ ਸੁਣਨ ਦੇ ਲਈ।